हां जी टर्नल फार्म पंजाब ਸਾਡੇ YouTube ਚੈਨਲ ਤੇ ਇੱਕ ਵਾਰ ਫੇਰ ਸਾਰਿਆਂ ਦਾ ਸਵਾਗਤ ਹੈ ਜੀ ਤੇ ਅੱਜ ਦੀ ਵੀਡੀਓ ਜੀ ਮੈਂ ਇਹ ਚ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜੋ ਆਪਣੇ ਸਹਾਇਕ ਧੰਦੇ ਨੇ ਜਿਵੇਂ ਆਪਣੇ ਪੰਜਾਬ ਚ ਉਵੇਂ ਹੀ ਇੱਥੇ ਕੈਨੇਡਾ ਚ ਫਾਰਮਰਾਂ ਨੇ ਆਪਣੇ ਸਹਾਇਕ ਧੰਦੇ ਚ ਲਾਇਏ ਬਨੇ ਨਾਲ ਫੁੱਲ ਟਾਪ ਫੁੱਲ ਟਾਈਮ ਤਾਂ ਨਹੀਂ ਇਹਨੂੰ ਕਹਿ ਸਕਦਾ ਇਹ ਪਾਰਟ ਟਾਈਮ ਬਿਜ਼ਨਸ ਨੇ ਜੀ ਇਹ ਫਾਰਮਿੰਗ ਦੇ ਇਹ ਵੀਡੀਓ 'ਚ ਮੈਂ ਕਵਰ ਕਰਨ ਦੀ ਕੋਸ਼ਿਸ਼ ਕਰੂੰਗਾ ਜੀ ਸੂਰਾਵਾਰੇ ਬੱਕਰੀਆਂ ਬਾਰੇ ਤੇ ਫ੍ਰੀ ਰੇਂਜ ਆਪਣੇ ਦੇਸੀ ਮੁਰਗੀਆਂ ਤੇ ਬੱਤਖਾਂ ਬਾਰੇ ਚੀਜ਼ਾਂ ਸਾਰੀਆਂ ਸੇਮ ਨੇ ਜੀ ਉਹੀ ਘੱਟ ਖਰਚਾ ਤੇ ਆਮਦਨ 'ਚੋਂ ਖਰਚਾ ਘੱਟ ਕਰਕੇ ਆਪਣਾ ਸ਼ੁੱਧ ਪ੍ਰੋਫਿਟ ਨੈਟ ਪ੍ਰੋਫਿਟ ਆਪਾਂ ਵਧਾਉਣ ਦੀ ਕੋਸ਼ਿਸ਼ ਕਰਦੇ ਨੇ ਵੀ ਸਭ ਤੋਂ ਪਹਿਲਾਂ ਜੀ ਆਪਾਂ ਇਹ ਪੋਰਸ਼ਨ ਚਾਹੁੰਦੇ ਆ ਵੀ ਇਹ ਉੱਲੀਓ ਫਿਰ ਰਹੇ ਨੇ ਜੀ ਕੋਈ ਖਾਸ ਫੀਡ ਦਾ ਇਹਨਾਂ ਦਾ ਖਰਚਾ ਨਹੀਂ ਹੈਗਾ ਉਹੀ ਕਣਕ ਤੇ ਮੱਕੀ ਪਾ ਰਹੇ ਨੇ ਤੇ ਬਾਕੀ ਜੋ ਇਹਨਾਂ ਤੋਂ ਫ੍ਰੀ ਰੇਂਜ ਤੋਂ ਆਂਡੇ ਮਿਲਦੇ ਨੇ ਇਹਨਾਂ ਨੂੰ ਜੀ ਉਹ ਉਹਨਾਂ ਦਾ ਪ੍ਰਾਈਸ ਮਾਰਕੀਟ 'ਚ ਆਮ ਆਂਡੇ ਨਾਲੋਂ ਵੱਧ ਮਿਲਦਾ ਤਕਰੀਬਨ ਇਹ 8 ਕ ਡਾਲਰਾਂ ਦਾ 12 ਆਂਡੇ ਵਿਕਦੇ ਨੇ ਜੀ ਇਹਨਾਂ ਦੇ ਇੰਡੀਆ ਨਾਲੋਂ ਫਰਕ ਇਹ ਹੈ ਜੀ ਜਿਹੜਾ ਹੁਣ ਆ ਸ਼ੈੱਡ ਦੇਖ ਰਹੇ ਤੁਸੀਂ ਨੀਲਾ ਜਾਂ ਇਹ ਫਿਰ ਰਾਤ ਨੂੰ ਇਹਨਾਂ ਦਾ ਪ੍ਰਬੰਧ ਇੱਥੇ ਹੋ ਜਾਂਦਾ ਅੰਦਰ ਬਾੜ ਦਿੰਦੇ ਨੇ ਇਹ ਕਿਉਂਕਿ ਫਰਕ ਇਹੀ ਹੈ ਵੀ ਟੈਂਪਰੇਚਰ ਦਾ ਫਰਕ ਆ ਜਿਹੜਾ ਖਰਚਾ ਪੈਂਦਾ ਇਹਨਾਂ ਨੂੰ ਕਿਉਂਕਿ ਡਾਲਰਾਂ 'ਚ ਹੈ ਜੀ ਜੇ ਕਮਾਈ ਡਾਲਰਾਂ 'ਚ ਦਾ ਖਰਚਾ ਵੀ ਡਾਲਰਾਂ 'ਚ ਆ ਤੇ ਜਿਹੜਾ ਮੌਸਮ ਕਰਕੇ ਹੀਟ ਇਹਨਾਂ ਨੂੰ ਆਰਟੀਫੀਸ਼ੀਅਲ ਦੇਣੀ ਪੈਂਦੀ ਆ ਉਹ ਖਰਚਾ ਵੀ ਕਾਫੀ ਪੈ ਜਾਂਦਾ ਜੀ ਹੁਣ ਜਿਵੇਂ ਆ ਛੋਟੇ ਚੂਚੇ ਨੇ ਇਹਨਾਂ ਨੂੰ ਤਾਂ ਦੇਣੀ ਉਹ ਦੇਣੀ ਹੈ ਹੀਟ ਇਹ ਤਾਂ ਚਲੋ ਆਪਾਂ ਉੱਥੇ ਵੀ ਪੋਲਟਰੀ ਫਾਰਮ ਵਾਲੇ ਵੀਰਾਂ ਨੂੰ ਪਤਾ ਹੋ ਆਪਣੇ ਪੰਜਾਬ ਵਾਲਿਆਂ ਨੂੰ ਵੀ ਉਹ ਤਾਂ ਚਲੋ ਕੇਅਰ ਕਰਨੀ ਉਹ ਪੈਂਦੀ ਆ ਬਾਕੀ ਫਿਰ ਟੈਂਪਰੇਚਰ ਇੰਨਾ ਗਿਰ ਜਾਂਦਾ ਕਿ ਉਹ ਤੇ ਕਰਕੇ ਫਿਰ ਇਹ ਜ਼ਰੂਰੀ ਹੋ ਜਾਂਦਾ ਜੀ ਬਾਕੀ ਜੀ ਹੁਣ ਇਹ ਆਗੇ ਸੂਰ ਸੂਰਾਂ ਦੇ ਬੱਚਿਆਂ ਨੂੰ ਵੀ ਜੀ ਇਹਨਾਂ ਨੇ ਫਿਰ ਅੰਦਰ ਰੱਖਣਾ ਪੈਂਦਾ ਤੇ ਜਿਹੜੇ ਬਾਕੀ ਬਡੇ ਸੂਰ ਨੇ ਉਹ ਤਕਰੀਬਨ ਖੁੱਲ੍ਹੇ ਹੋ ਰਹਿੰਦੇ ਨੇ ਬਾਹਰ ਕੋਈ ਸਿਸਟਮ ਇਹ ਜਿਹਾ ਬਣਾਇਆ ਹੋਦਾ ਵੀ ਚਲੋ ਜਿਹੜਾ ਸਮਝਦਾਰ ਆ ਫਾਰਮਰ ਉਹਨੇ ਸਿਸਟਮ ਇਹ ਜਿਹਾ ਬਣਾਇਆ ਹੋਇਆ ਵੀ ਆਪਾਂ ਇਹ ਜਿਹੜਾ ਹੀਟ ਦਾ ਖਰਚਾ ਉਹਨੂੰ ਘਟਾਉਣ ਦੀ ਕੋਸ਼ਿਸ਼ ਕਰੀ ਜਿੱਥੇ ਘਟਦਾ ਹੋਵੇ ਤੇ ਆ ਜੀ ਦੇਖ ਲਓ ਅੰਦਰਲਾ ਆਪਣਾ ਆ ਗਿਆ ਜਿੱਥੇ ਮੁਰਗੇ ਤੇ ਬੱਤਕਾਂ ਤੇ ਨਾਲ ਜੀ ਇਹਨਾਂ ਦੇ ਚਕੋਰਾ ਨੇ ਇਹ ਪਹਿਲਾ ਲਾੜ ਨਿਕਲ ਗਿਆ ਇਹਨਾਂ ਦਾ ਤਾਂ ਕਰਕੇ ਥੋੜਾ ਜਿਹਾ ਖਾਲੀ ਜਿਹਾ ਲੱਗਦਾ ਛੱਡ ਇਹ ਹੁਣ ਉਧਰ ਤਿਆਰ ਹੋ ਰਿਹਾ ਫਿਰ ਉਹ ਇੱਧਰ ਛੱਡਣਗੇ ਜਿਵੇਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਉਹੀ ਫਰਕ ਸਿਰਫ ਵੀ ਬਸ ਆਪਣੇ ਬੈਦਰ ਦੀ ਉਮਾਰ ਪੈਂਦੀ ਆ ਉਹਦੇ ਕਰਕੇ ਖਰਚੇ ਵੱਧ ਵੱਜ ਜਾਂਦੇ ਨੇ ਜੀ ਤੇ ਫਿਰ ਉਹ ਤੋਂ ਬਾਅਦ ਗੱਲ ਕਰਦੇ ਆਂ ਜੀ ਆਪਾਂ ਸੂਰਾਂ ਦੀ ਸੂਰ ਜੀ ਇਹ ਕੀ ਕਰਦੇ ਨੇ April ਚ ਪਾਲਦੇ ਨੇ ਤੇ तकरीबन 8 ਕਿ ਮਹੀਨਿਆਂ ਚ ਇਹ ਤਿਆਰ ਹੋ ਜਾਂਦੇ तकरीबन 1.5 400 500 ਪਾਉਂਡ ਦਾ weight ਹੋ ਜਾਂਦਾ ਤੇ ਠੰਡ ਤੋਂ ਪਹਿਲਾਂ ਪਹਿਲਾਂ ਇਹਨਾਂ ਨੂੰ ਕੋਸ਼ਿਸ਼ ਹੁੰਦੀ ਆ ਵੀ ਇਹ ਕੱਢ ਦੇਣ ਇਹ ਵੇਚ ਦੇਣ ਤੇ ਜੋ ਇਹਨਾਂ ਦੀ ਕੋਈ ਜਿਹੜੇ بڑے ਜਾਨਵਰ ਨੇ ਉਹਨਾਂ ਦੇ ਰਹਿਣ ਦਾ ਵੀ ਕੋਈ ਖਾਸ ਇਹਨਾਂ ਬਾੜਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਪੈਂਦੀ। ਉਹੀ ਬਸ ਦੇਸੀ ਜਿਗਾੜ ਕਿਉਂਕਿ ਲੱਕੜ ਇੱਥੇ ਬਾਦੂ ਆ। ਉਹੀ ਇਹ ਆਪੇ ਟੀਚ ਰਮਮਤ ਕਰਕੇ ਉਹ ਸਿਰਫ ਫੈਂਸਿੰਗ ਦੀ ਜ਼ਰੂਰਤ ਪੈਂਦੀ ਆ। ਤੇ ਉਹਨਾਂ ਦਾ ਕੋਠਾ ਜਿਹਾ ਖੜਾ ਕਰ ਦਉਂਦੇ ਨੇ। ਤੇ ਹਾਂਜੀ ਗੱਲ ਹੁੰਦੀ ਆ ਫਿਰ ਵੀ ਇਹ ਇਹ ਅਰਬ ਤਕਰੀਬਨ ਵੀ ਜਣੀ ਨਵੰਬਰ ਚ ਚੜ੍ਹਦੇ ਦਸੰਬਰ ਚ ਇਹ ਵੇਚ ਦਿੰਦੇ ਨੇ Meat butcher ਇਹਨਾਂ ਨੂੰ ਲੈ ਜਾਂਦੇ ਨੇ ਜੀ ਤੇ ਤਕਰੀਬਨ 450 500 ਪਾਉਂਡ ਦਾ ਸੂਰ ਦਾ ਬੱਚਾ 900 ਡਾਲਰਾਂ ਦਾ बिक ਜਾਂਦਾ ਖਰਾਕ ਇਹਨਾਂ ਦੀ ਉਹੀ ਜੀ ਜੋ ਰੈਂਦ ਖੂਂਦ ਕੋਈ ਹੋਟਲਾਂ ਚੋਂ ਜਾਂ ਫਿਰ ਕਣਕ ਪਾਉਣੀ ਪੈਂਦੀ ਆ ਤੇ ਇਹ ਮੋਟੀ ਮੋਟੀ ਜੀ ਤੁਹਾਨੂੰ ਦੱਸਿਆ ਜੀ ਮੈਂ